ਜਦੋਂ ਜਨੂਨ ਹੁੰਦਾ ਵਾ ਨਾ ਆਪਣੇ ਆਪ ਹੀ ਸਾਰੇ ਕੰਮ ਹੋ ਜਾਂਦੇ ਨੇ। ਕੰਮ ਹੈ ਜਨੂਨ ਅਤੇ ਸ਼ੌਂਕ, ਸ਼ੌਂਕ ਹੈ ਅਤੇ ਜਨੂਨ ਹੈ ਅਤੇ ਸਾਰੇ ਕੰਮ ਹੋ ਜਾਂਦੇ ਨੇ। ਇੱਕ ਇਹਨਾਂ ਕੋਲ ਬੁੱਕ ਬਣਾਈ ਹੋਈ ਹੈ ਸੂਖਦਾਰ ਪੰਜਾਬ ਮਹਿਲਾਏ। ਬਸ ਜੀ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਪਿਆ ਜੀ ਕਿ ਮੈਂ ਮਤਲਬ ਕਿ ਬਣਾਉਣਾ ਪਿਆ। ਕਦੀ ਨਾ ਕਦੀ ਕਹਿੰਦੇ ਸਬਰ ਦਾ ਫਲ ਮਿੱਠਾ ਹੁੰਦਾ ਜੀ। ਕਿਉਂਕਿ ਅੱਜ ਕੱਲ੍ਹ ਲੋਕ ਨਸ਼ਿਆਂ ਵੱਲ ਜਾਂਦੇ ਨੇ, ਇਹਨਾਂ ਦਾ ਧਿਆਨ ਇਸ ਕੰਮ ਵੱਲ ਹੈ। ਅੱਜ ਦੇ ਤਾਂ ਵੱਧ ਤੋਂ ਵੱਧ ਲੋਕ ਇਸ ਗੱਲ ਨੂੰ ਸ਼ੇਅਰ ਕਰਨ। ਲੋਕਾਂ ਨੂੰ ਆਪਣੀ ਰੋਟੀ ਦੇ ਲਾਲੇ ਪਏ ਹੋਏ ਨੇ ਕਿ ਰੋਟੀ ਕਿਸ ਤਰ੍ਹਾਂ ਕਮਾਉਣੀ ਹੈ। ਉੱਥੇ ਹੀ ਨਾਲ ਜੁਗਲ ਕਿਸ਼ੋਰ ਵੱਲੋਂ ਆਪਣੇ ਘਰ ਦਾ ਪਾਲਣ ਪੋਸ਼ਣ ਤਾਂ ਕੀਤਾ ਜਾਂਦਾ ਹੈ ਦੁਕਾਨਦਾਰੀ ਕਰਕੇ, ਕਰਿਆਨੇ ਦੀ ਦੁਕਾਨ ਕਰਦੇ ਨੇ, ਪਰ ਇੱਕ ਵੱਖਰੇ ਤਰ੍ਹਾਂ ਦਾ ਜਨੂੰਨ ਜਾਂ ਸ਼ੌਂਕ ਕਿਹਾ ਜਾਏ ਜਾਂ ਜਨੂੰਨ ਕਿਹਾ ਜਾ ਸਕਦਾ ਵਾ ਕਿ 20 ਸਾਲ ਦੀ ਉਮਰ ਦੇ ਵਿੱਚ ਉਸ ਟਾਈਮ ਪੜ੍ਹਦੇ ਸੀ ਉਸ ਟਾਈਮ ਇੱਕ ਜਨੂੰਨ ਪੈਦਾ ਹੋਇਆ ਇਹਨਾਂ ਦੇ ਮਨ ਦੇ ਵਿੱਚ। ਅਤੇ ਉਹਨਾਂ ਨੇ ਇੱਕ ਛੋਟੀਆਂ ਛੋਟੀਆਂ ਕਿਤਾਬਾਂ ਬਣਾਈਆਂ, ਸਾਰੀਆਂ ਪੋਲੀਟੀਕਲ ਰਿਲੇਟਡ ਆ, ਜਿਸ ਦੇ ਵਿੱਚ 1947 ਵੰਡ ਤੋਂ ਬਾਅਦ ਜਿੰਨੇ ਵੀ ਪ੍ਰਧਾਨ ਮੰਤਰੀ ਜਾਂ ਜਿੰਨੇ ਵੀ CM ਆਏ ਨੇ ਆਪਣੇ, ਉਹਨਾਂ ਦਾ ਸਾਰਿਆਂ ਦਾ ਇੱਕ ਬੁੱਕ ਦੇ ਵਿੱਚ ਛੋਟੀਆਂ ਛੋਟੀਆਂ ਬੁੱਕ ਬਣਾਈਆਂ ਗਈਆਂ ਉਹਨਾਂ ਵੱਲੋਂ, ਜੋ ਇੱਕ 0.4 ਸੈਂਟੀਮੀਟਰ ਦੇ ਸਾਈਜ਼ ਦੀਆਂ ਬੁੱਕ ਨੇ, ਜਿਸ ਦੇ ਵਿੱਚ ਉਹਨਾਂ ਦਾ ਨਾਮ ਲਿਖੇ ਗਏ ਨੇ, ਬਕਾਇਦਾ ਉਹਨਾਂ ਦਾ ਜਨਮ ਤਰੀਕ ਲਿਖੀ ਗਈ ਹੈ, ਸਾਰਾ ਕੁਛ ਉਹਦੇ ਵਿੱਚ ਲਿਖ ਕੇ ਉਹਨਾਂ ਨੇ ਬਣਾਇਆ ਵਾ। ਛੋਟੇ ਛੋਟੇ ਪੰਨਿਆਂ ਦਾ, ਕੋਈ 20 ਪੰਨਿਆਂ ਦੀ ਬੁੱਕ ਆ, ਕੋਈ 10 ਪੰਨਿਆਂ ਦੀ ਬੁੱਕ ਆ, ਇਸ ਤਰ੍ਹਾਂ ਹੀ ਇੱਕ ਆਪਣੇ ਉਂਗਲ ਦੇ ਜਿਹੜੇ ਨਾਖੂਨ ਆ ਉਹਦੇ ਸਾਈਜ਼ ਦੀਆਂ ਬੁੱਕ ਇਹਨਾਂ ਵੱਲੋਂ ਬਣਾਈਆਂ ਗਈਆਂ। ਪੋਟੇ ਦੇ 4 ਆ ਜਾਂਦੀਆਂ, ਉਂਗਲ ਦੇ ਪੋਟੇ ਦੇ 4 ਬੁੱਕ ਆ ਜਾਂਦੀਆਂ, ਪਰ ਉਸ ਬੁੱਕ ਨੂੰ ਬਣਾਉਣ ਲੱਗੇ ਕਿੰਨਾ ਸਮਾਂ ਲੱਗਾ, ਕਿੰਨੀ ਮਿਹਨਤ ਕਰਨੀ ਪਈ। ਪਰ ਉਹਨਾਂ ਦੀ ਮਿਹਨਤ ਜਿਹੜੀ ਜਿੰਨੀ ਵੀ ਕੀਤੀ ਅੱਜ ਤੱਕ 30 ਜਾਂ 35 ਸਾਲ ਹੋ ਗਏ ਉਹਨਾਂ ਨੂੰ ਮਿਹਨਤ ਕਰਦਿਆਂ, ਪਰ ਉਸ ਮਿਹਨਤ ਦਾ ਫਲ ਨਹੀਂ ਉਹਨਾਂ ਨੂੰ ਮਿਲਿਆ। ਨਾ ਤਾਂ ਸਰਕਾਰ ਵੱਲੋਂ ਕੋਈ ਸਨਮਾਨ ਇਹਨਾਂ ਦਾ ਕੀਤਾ ਗਿਆ, ਅਤੇ ਨਾ ਹੀ ਲੋਕਲ ਕਿਸੇ ਲੀਡਰ ਵੱਲੋਂ ਜਾਂ ਕੋਈ ਲੋਕਲ DC ਵੱਲੋਂ ਕਿਹਾ ਜਾ ਸਕਦਾ, ਕੋਈ ਵੀ ਇਹਨਾਂ ਦਾ ਕੋਈ ਅਜਿਹਾ ਸਨਮਾਨ ਨਹੀਂ ਹੋਇਆ ਕਿ ਇਹਨਾਂ ਨੂੰ ਕੋਈ ਇਹਨਾਂ ਦਾ ਜਿਹੜਾ ਬੰਦਾ ਉਸ ਸ਼ਾਹ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਜਨੂੰਨ ਆ ਉਸਦਾ ਕੋਈ ਸਨਮਾਨ ਇਹਨਾਂ ਨੂੰ ਮਿਲ ਸਕੇ। ਗੱਲਬਾਤ ਵੀ ਕਰਦੇ ਹਾਂ ਜੁਗਲ ਕਿਸ਼ੋਰ ਜੀ ਨਾਲ, ਜਿਹਨਾਂ ਨੂੰ ਇਹ ਸ਼ੌਂਕ ਸਾਰਾ ਪੈਦਾ ਹੋਇਆ, ਕਦੋਂ ਇਹਨਾਂ ਨੂੰ ਇਹ ਸ਼ੌਂਕ ਆਇਆ ਅਤੇ ਕੀ ਇਹਨਾਂ ਨੇ ਇਸ ਬੁੱਕ ਦੇ ਵਿੱਚ ਰਿਕਾਰਡ ਕੀਤਾ, ਕੀ ਲਿਖਿਆ ਵਾ। ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਬਾਇੰਡ ਕੀਤਾ ਗਿਆ ਇਹਨਾਂ ਵੱਲੋਂ, ਆਪ ਸੈਲੋ ਟੇਪ ਨਾਲ, ਕਿ ਖਰਾਬ ਵੀ ਨਾ ਹੋਣ। ਗੱਲਬਾਤ ਕਰਦੇ ਹਾਂ ਜੁਗਲ ਕਿਸ਼ੋਰ ਜੀ ਨਾਲ ਕਿ ਕਿੰਨੀ ਦੇਰ ਤੋਂ ਇਹਨਾਂ ਨੂੰ ਇਹ ਸ਼ੌਂਕ ਜਾ ਗਿਆ। ਇਹ ਪੜ੍ਹਾਈ ਦੇ ਟਾਈਮ ਤੋਂ ਸ਼ੌਂਕ ਹੈ ਜੀ, ਤਕਰੀਬਨ 30-35 ਸਾਲ ਹੋ ਗਏ। ਇਸ ਸ਼ੌਂਕ ਦੇ ਵਿੱਚ ਕੀ ਤੁਸੀਂ ਸ਼ੌਂਕ ਦੇ ਵਿੱਚ ਬਣਾਇਆ? ਸਾਰੇ ਪੋਲੀਟੀਕਲ ਦੇ ਉੱਤੇ, ਜਿੱਦਾਂ ਅੱਜ ਕੱਲ੍ਹ ਜਿੰਨੇ ਰਾਸ਼ਟਰਪਤੀ ਹੋਏ ਨੇ ਸਾਡੇ, 47 ਤੋਂ ਬਾਅਦ ਪ੍ਰਧਾਨ ਮੰਤਰੀ ਹੋਏ ਨੇ, ਲੋਕ ਸਭਾ ਦੇ ਸਪੀਕਰ, ਲੋਕ ਸਭਾ ਦਾ ਇਤਿਹਾਸ, ਵਿਧਾਨ ਸਭਾ ਦਾ ਇਤਿਹਾਸ, ਰਾਸ਼ਟਰਪਤੀ ਭਵਨ ਦਾ ਇਤਿਹਾਸ, ਇੱਦਾਂ ਹੀ ਜਿਸ ਤਰ੍ਹਾਂ ਕੋਈ ਵੀ ਕਿਤੇ ਇਲੈਕਸ਼ਨ ਹੁੰਦੇ ਨੇ ਉਹਨਾਂ ਦੀ ਕਲੈਕਸ਼ਨ ਕਰਕੇ ਉਹਨਾਂ ਦਾ ਰਿਕਾਰਡ ਬਣਾ ਦੇਣਾ, ਹਰ ਵਿਧਾਨ ਸਭਾ ਦਾ ਕਲੈਕਸ਼ਨ ਕਰਕੇ ਜਿਹੜੇ ਉਹਨਾਂ ਦੇ ਮੈਂਬਰ ਜਿੱਥੇ ਹੁੰਦੇ ਨੇ ਉਹਨਾਂ ਦੀ ਡਾਇਰੀ ਬਣਾ ਦੇਣੀ, ਇਤਿਹਾਸ 'ਤੇ ਬਣਾ ਦੇਣਾ। ਜਿੱਦਾਂ ਦਾ ਤੁਸੀਂ, ਤੁਹਾਡੇ ਵੱਲੋਂ ਇਤਿਹਾਸ ਲਿਖਿਆ ਗਿਆ, ਸ਼ਾਇਦ ਹੀ 1947 ਤੋਂ ਬਾਅਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹਨਾਂ ਲੀਡਰਾਂ ਦਾ ਪਤਾ ਹੀ ਨਾ ਹੋਏ। ਹਾਂ ਬਿਲਕੁਲ, ਹੁਣ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੇ, ਇਹਨਾਂ ਨੂੰ ਲੈ ਸਕਦੇ ਹੋ ਤੁਸੀਂ ਤਕਰੀਬਨ, ਜੇ ਗੱਲ ਕਰੀਏ ਤਾਂ 25-30 ਸਾਲ ਤਾਂ ਬਾਦਲ ਪਰਿਵਾਰ ਦਾ ਰਾਜ ਰਿਹਾ, ਕੈਪਟਨ ਸਾਹਿਬ ਦੱਸ ਰਿਹਾ, ਰਾਸ਼ਟਰਪਤੀ ਰਾਜ ਰਿਹਾ, 5 ਸਾਲ ਦਰਬਾਰਾ ਸਾਹਿਬ ਨੇ ਕੀਤਾ, ਦਰਬਾਰਾ ਸਿੰਘ ਨੇ ਕੀਤਾ, ਜੈਲ ਸਿੰਘ ਨੇ ਕੀਤਾ 5 ਸਾਲ ਰਾਜ, ਇੱਦਾਂ ਭੱਠਾ ਚਰਨ ਬਰਾਰ, ਹੋਰ ਇੱਦਾਂ ਕਿੰਨੇ ਨੇਤਾ ਆਏ ਨੇ, ਅਤੇ ਇਹ ਤੋਂ ਪਿੱਛੇ ਜਿਹੜੇ ਨੇ 3-4 ਮੁੱਖ ਮੰਤਰੀ, ਉਹਨਾਂ ਦਾ ਕਿਸੇ ਨਾਂ ਨੂੰ ਪਤਾ ਹੀ ਨਹੀਂ ਹੁੰਦਾ। ਜਿਸ ਤਰ੍ਹਾਂ ਪਹਿਲੇ ਮੁੱਖ ਮੰਤਰੀ ਪੰਜਾਬ ਦੇ ਡਾਕਟਰ ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ, ਡਾਕਟਰ ਰਾਮ ਕਿਸ਼ਨ, ਕਾਮਰੇਡ ਰਾਮ ਕਿਸ਼ਨ, ਇੱਦਾਂ ਹੀ ਗੁਰਮੁਖ ਸਿੰਘ ਮੁਸਾਫਰ, ਪ੍ਰਤਾਪ ਸਿੰਘ ਕੈਰੋਂ, ਇਹ ਸਾਰੇ ਲੋਕਾਂ ਦੀ ਨੌਲੇਜ ਤੋਂ ਪਰੇ ਨੇ। ਅਤੇ ਮੇਰੀ ਆਪਣੀ ਜਿੱਥੋਂ ਤੱਕ ਨੌਲੇਜ, ਮੈਂ ਉਸ ਹਿਸਾਬ ਨਾਲ ਸਾਰਾ ਹੀ ਇਹਨਾਂ ਨੂੰ ਰਿਕਾਰਡ ਸਾਰਾ ਇਕੱਠਾ ਕਰਕੇ ਉਹਨਾਂ ਦੀਆਂ ਛੋਟੀ ਛੋਟੀਆਂ ਕਿਤਾਬਾਂ ਬਣਾ ਦਿੱਤੀਆਂ। ਜੁਗਲ ਜੀ, ਇਹ ਮਟੀਰੀਅਲ ਫਿਰ ਕਿੱਥੋਂ ਇਕੱਠਾ ਕਰਦੇ ਤੁਸੀਂ ਸਾਰਾ? ਇੱਦਾਂ ਹੀ ਖੁਆਰਾਂ ਖੁਰਾਂ ਤੋਂ, ਵੇਸਟ ਮਟੀਰੀਅਲ ਤਕਰੀਬਨ ਸਾਲਿਆਂ ਤੋਂ ਲੈ ਕੇ ਬਾਈ ਕਲੈਕਸ਼ਨ ਕਰ ਲੈਣਾ, ਜਦੋਂ ਸਮਾਨ ਮਟੀਰੀਅਲ ਇਕੱਠਾ ਹੋ ਗਿਆ ਤਾਂ ਉਹਦੀ ਕਿਤਾਬ ਬਣਾਤੀ ਜਾਂਦੀ। ਕਿੰਨਾ ਕੁ ਸਮਾਂ ਇੱਕ ਬੁੱਕ ਨੂੰ ਬਣਾਉਣ ਲਈ ਲੱਗ ਜਾਂਦਾ? ਕਾਫੀ ਦੇਰ ਲੱਗ ਜਾਂਦੀ ਹੈ, 3-3, 4-4 ਮਹੀਨੇ ਵੀ ਲੱਗ ਜਾਂਦੇ ਨੇ। ਵਿਧਾਨ ਸਭਾ ਦਾ ਇਲੈਕਸ਼ਨ ਹੈ ਅਤੇ ਇਹ ਤੋਂ ਬਾਅਦ 6-6 ਮਹੀਨੇ ਵੀ ਲੱਗ ਜਾਂਦੇ ਨੇ। ਇਹ 2017 ਦਾ ਅਤੇ ਤਕਰੀਬਨ 18 'ਚ ਬਣਾਈ, 17 ਦਾ ਇਲੈਕਸ਼ਨ ਹੈ ਅਤੇ ਸਾਲ ਤਕਰੀਬਨ ਇਹਦੀ ਸਮੱਗਰੀ ਇਕੱਠੀ ਹੁੰਦੀ ਰਹੀ, ਅਤੇ ਉਹ ਤੋਂ ਸਾਲ ਬਾਅਦ ਤਕਰੀਬਨ
ਜਿਸ ਤਰ੍ਹਾਂ ਜੁਗਲ ਜੀ ਇੰਨਾ ਬਰੀਕ ਲਿਖਿਆ ਵਾ ਜਿਸ ਤਰ੍ਹਾਂ ਹੁਣ ਸਾਡੇ ਕੋਲ ਨਹੀਂ ਪੜ੍ਹਿਆ ਜਾਂਦਾ ਤਾਂ ਤੁਸੀਂ ਇਹਨੂੰ ਇੰਨਾ ਬਰੀਕ ਕਿਸ ਤਰ੍ਹਾਂ ਲਿਖ ਲਿਆ? ਗੱਲ ਇੱਦਾਂ ਕਿੱਦਾਂ ਕਰ ਲਿਆ ਵਾ, ਜਦੋਂ ਜਨੂੰਨ ਹੁੰਦਾ ਵਾ ਨਾ ਆਪਣੇ ਆਪ ਹੀ ਸਾਰੇ ਕੰਮ ਹੋ ਜਾਂਦੇ ਨੇ। ਕੰਮ ਹੈ ਜਨੂੰਨ ਅਤੇ ਸ਼ੌਂਕ, ਸ਼ੌਂਕ ਹੈ ਅਤੇ ਜਨੂੰਨ ਹੈ ਅਤੇ ਸਾਰੇ ਕੰਮ ਹੋ ਜਾਂਦੇ ਨੇ। ਜਿੱਦਾਂ ਹੁਣ ਨੌਜਵਾਨ ਪੀੜ੍ਹੀ ਦੇ ਵਿੱਚ ਅੱਜ ਗੱਲ ਕੀਤੀ ਜਾਈਏ, ਅੱਜ ਕੱਲ੍ਹ ਇਹੋ ਜਿਹੇ ਸ਼ੌਂਕ ਘੱਟ ਆ, ਗੇਮਾਂ ਵੱਲ ਖਿਆਲ ਜ਼ਿਆਦਾ ਨੇ, ਭਾਵੇਂ ਛੋਟਾ ਬੱਚਾ ਵਾ ਭਾਵੇਂ ਵੱਡਾ ਬੱਚਾ ਵਾ, ਮੋਬਾਈਲ ਦੇ ਵਿੱਚ ਹੀ ਵੜਿਆ ਵਾ, ਬਸ ਮੋਬਾਈਲ ਦੇ ਨਾਲ ਹੀ ਲੱਗਾ ਵਾ। ਇਹ ਤਾਂ ਠੀਕ ਹੈ, ਇਹ ਤਾਂ ਠੀਕ, ਹਰ ਆਦਮੀ ਦੇ ਆਪੋ ਆਪਣੇ ਸ਼ੌਂਕ ਨੇ। ਅਸੀਂ ਇਹ ਜਿਹੜਾ ਹੁਣ ਤਕਰੀਬਨ ਲੈ ਲਿਆ ਜਾਵੇ ਤਾਂ ਨੌਜਵਾਨ ਪੀੜ੍ਹੀ ਨੂੰ ਲੈ ਲਿਆ ਜਾਵੇ, 50% ਤਕਰੀਬਨ ਨਸ਼ੇ ਦੇ ਸ਼ੌਕੀਨ ਹੈ। ਅਤੇ ਚਲੋ ਅਸੀਂ ਇੱਕ ਆਪਣੇ ਸ਼ੌਂਕ ਨੂੰ ਚੰਗੇ ਬੰਨੇ ਲਾਇਆ ਦਾ ਵਾ ਕਿ ਜੋ ਨੌਲੇਜ ਸਾਨੂੰ ਮਿਲਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਉਹਨੂੰ ਸਾਂਭ ਕੇ ਰੱਖੀਏ, ਹੋਰ ਤੱਕ ਵੀ ਪੁੱਜੇ। ਪਰਿਵਾਰ ਵੱਲੋਂ ਤੁਹਾਨੂੰ ਸਹਿਯੋਗ ਕਿੱਦਾਂ ਦਾ? ਪਰਿਵਾਰ ਵੱਲੋਂ ਪੂਰਾ ਸਹਿਯੋਗ ਮਿਲਦਾ, ਪਰਿਵਾਰ ਵੱਲੋਂ ਸਹਿਯੋਗ ਮਿਲਦਾ ਤਾਂ ਤਾਂ ਹੀ ਕੰਮ ਸੰਪੂਰਨ ਹੁੰਦਾ। ਨਹੀਂ ਹੁਣ ਜਿਸ ਤਰ੍ਹਾਂ ਤੁਹਾਨੂੰ 30-35 ਸਾਲ ਹੋ ਗਏ ਲਗਾਤਾਰ ਇਹ ਕੰਮ ਕਰਦੇ ਆ, ਪਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਸਨਮਾਨ ਨਹੀਂ ਮਿਲਿਆ, ਨਾ ਤਾਂ ਸੈਂਟਰ ਸਰਕਾਰ ਨਾ ਪੰਜਾਬ ਸਰਕਾਰ, ਪਰ ਤੁਹਾਡੇ ਪਰਿਵਾਰ ਵਾਲੇ ਕਦੀ ਇਸ ਚੀਜ਼ ਤੋਂ ਨਾਰਾਜ਼ ਨਹੀਂ ਹੁੰਦੇ ਕਿ ਕਿਉਂ ਟਾਈਮ ਵੇਸਟ ਕਰਦੇ ਪਏ? ਇਹ ਚੀਜ਼ ਦਾ ਰੋਸਾ ਉਹਨਾਂ ਨੂੰ ਹੁੰਦਾ ਕਿ ਤੁਹਾਨੂੰ ਇਹ, ਮੈਨੂੰ ਦੱਸੋ, ਕਈ ਵਾਰੀ ਕਹਿੰਦੇ ਨੇ ਤੁਹਾਨੂੰ ਕੋਈ ਫਾਇਦਾ ਤਾਂ ਹੁੰਦਾ ਨਹੀਂ, ਤੁਸੀਂ ਐਵੇਂ ਲੱਗੇ ਰਹਿੰਦੇ ਆ, ਅਤੇ ਪਰ ਇਹ ਹੈ ਕਿ ਮੇਰਾ ਸ਼ੌਂਕ ਇਸ ਚੀਜ਼ ਨੂੰ ਖਿਆਲ ਰੱਖਦੇ ਹੋਏ ਸਹਿਯੋਗ ਦਿੰਦੇ। ਬਿਲਕੁਲ ਲੇਟੈਸਟ ਤੁਹਾਡੇ ਵੱਲੋਂ ਕੋਈ ਕਿਤਾਬ ਇੱਕ ਲਿਖੀ ਕੇ ਬਣਾਈ ਗਈ ਹੈ? ਲੇਟੈਸਟ ਇਹ ਵੀ ਅੱਜ ਹੁਣ ਅੱਜ ਤੋਂ 2 ਮਹੀਨੇ ਪਹਿਲਾਂ ਨਗਰ ਨਿਗਮ ਦੇ ਚੁਣਾਵ ਹੋਏ, ਉਹਦੇ ਉੱਤੇ ਸਾਰੇ ਐਮ ਸੀ ਜਿਹੜੇ ਕਾਰਪੋਰੇਸ਼ਨ ਦੇ 50 ਵਾਰਡਾਂ ਦੇ ਐਮ ਸੀ, ਉਹਨਾਂ ਦਾ ਸਾਰਾ ਰਿਕਾਰਡ ਕਿੰਨੀਆਂ ਕਿੰਨੀਆਂ ਵੋਟਾਂ ਲੈ ਕੇ ਜਿੱਤੇ ਨੇ, ਨੰਬਰ 2 ਅਤੇ ਜਿਹੜੇ ਰਹੇ ਨੇ ਉਹ ਕਿੰਨੀਆਂ ਵੋਟਾਂ ਲਈਆਂ, ਅਤੇ ਸਾਰਾ ਰਿਕਾਰਡ ਬਣਾ ਕੇ ਉਹਨੇ ਡਾਇਰੈਕਟਰੀ ਬਣਾਈ ਹੈ। ਬਿਲਕੁਲ, ਮਿਹਨਤ ਇਸ ਕੰਮ ਲਈ ਤਾਂ ਬੜੀ ਕਰਨੀ ਪੈਂਦੀ ਹੈ। ਦੇਖੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਵਿਖਾ ਦਿੰਦੇ ਹਾਂ, ਇੱਕ ਇਹਨਾਂ ਕੋਲੋਂ ਬੁੱਕ ਬਣਾਈ ਗਈ ਹੈ ਸੂਖਦਾਰ 50 ਮਹਿਲਾਏ, ਕਿ ਜਿਹਦੇ ਵਿੱਚ ਜਿਨ੍ਹਾਂ ਨੇ ਉਪਲਬਧੀਆਂ ਪ੍ਰਾਪਤ ਕੀਤੀਆਂ ਉਹ 50 ਬੀਬੀਆਂ ਦਾ ਇਹਨਾਂ ਦੇ ਵਿੱਚ ਫੋਟੋ ਦੇ ਨਾਲ ਇਹਨਾਂ ਨੇ ਉਹਨਾਂ ਦਾ ਥੋੜ੍ਹਾ ਜਿਹਾ ਲਿਖਿਆ ਵਾ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਸ ਮੁਕਾਮ ਦੇ ਵਿੱਚ ਹਾਸਲ ਕੀਤਾ ਵਾ ਸਾਰਾ ਆਪਣਾ ਜਿਹੜਾ ਜੋ ਵੀ ਇਹਨਾਂ ਨੇ ਕੀਤਾ। ਸ਼ਿਖਾ ਸ਼ਰਮਾ ਵਾ ਅੰਕੜੋਂ ਦਾ ਖੇਲ, ਮਤਲਬ ਕਿ ਹਰ ਇੱਕ ਦਾ ਨਾਂ ਨਾਲ ਲਿਖਿਆ ਵਾ ਕਿ ਕਿਸ ਚੀਜ਼ 'ਚ ਉਪਲਬਧੀ ਇਹਨਾਂ ਨੇ ਹਾਸਲ ਕੀਤੀ ਹੈ। ਫਿਰ ਜੇ ਗੱਲ ਕੀਤੀ ਜਾਵੇ ਮੋਦੀ ਚਲੀਸਾ ਇੱਕ ਨਾਂ ਵੱਲੋਂ ਬਣਾਇਆ ਗਿਆ ਵਾ, ਇਸ ਦੇ ਵਿੱਚ ਪਤਾ ਨਹੀਂ ਹੈ ਕੁਛ ਕਿ ਨਹੀਂ, ਪਰ ਉਹਦੇ ਬਾਹਰ ਜ਼ਰੂਰ ਲਿਖਿਆ ਮੋਦੀ ਚਲੀਸਾ। ਇਹਦੇ 'ਚ ਜੁਗਲ ਜੀ ਕੀ ਜੇ? ਇਹ ਮੋਦੀ ਦੀ ਜੀਵਨੀ ਹੈ ਜੀ, ਜੋ ਉਹਨਾਂ ਨੇ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਸਾਡੇ ਉਹ ਜੋ ਵੀ ਉਹਨਾਂ ਨੇ ਕੀਤਾ ਉਹਦੇ ਉੱਤੇ ਚਲੀਸਾ ਜੀ। ਨਹੀਂ ਆਪਣੇ ਪ੍ਰਧਾਨ ਮੰਤਰੀ ਨੇ ਚੰਗਾ ਹੀ ਲਿਖਿਆ ਨਾ, ਇਹ ਉਹਨਾਂ ਦਾ ਜੋ ਉਹਨਾਂ ਨੇ ਕੀਤਾ ਨਾ ਸਾਰਾ ਵਰਨਣ ਹੈ ਚਲੀਸੇ ਦੇ ਰੂਪ 'ਚ। ਬਿਲਕੁਲ ਜੀ, ਜੋ ਉਹਨਾਂ ਨੇ ਆਪਣੇ ਜੀਵਨ 'ਚ ਕੀਤਾ ਉਹ ਚਲੀਸੇ ਰੂਪ 'ਚ ਇਹਨਾਂ ਵੱਲੋਂ ਬਣਾਇਆ ਗਿਆ ਵਾ। ਇਹ ਦੇਖੋ ਇੱਕ ਵਾਰੀ ਫੋਟੋ ਮੈਂ ਦਿਖਾ ਦਿੰਦਾ ਆਪਣੇ ਦਰਸ਼ਕਾਂ ਨੂੰ, ਇੱਕ ਫੋਟੋ ਸਾਂਝੀ ਕਰਾਂਗਾ। ਸੀ ਐੱਮ ਆਫ ਪੰਜਾਬ ਦੇਖੋ ਕਿੱਡੀ ਛੋਟੀ ਬੁੱਕ ਆ, ਜਿਹਨੂੰ ਜਿਸਦੇ ਉੱਪਰ ਲਿਖਿਆ ਵੀ ਗਿਆ ਵਿਦ ਫੋਟੋਆਂ ਅੰਦਰ ਲਾਈਆਂ ਗਈਆਂ ਵਾ, ਇਹਦੇ 20-25 ਪੰਨੇ ਹੋਣਗੇ ਇਸ ਬੁੱਕ ਦੇ। ਇਸ ਨੂੰ ਬਾਇੰਡ ਕਰਨਾ ਬੜੀ ਵੱਡੀ ਗੱਲ ਆ ਕਿ ਬਾਇੰਡ ਕਰਨਾ। ਇਹ ਦੇਖੋ ਇੱਕ ਪੋਟੇ ਤੋਂ ਵੀ ਛੋਟਾ, ਇੱਕ ਉਂਗਲ ਦੇ ਪੋਟੇ ਤੋਂ ਵੀ ਛੋਟਾ, ਅੰਦਰ ਫੋਟੋਆਂ ਵੀ ਪੰਨੇ ਵੀ ਲਾਏ ਗਏ ਨੇ ਇਹਨਾਂ ਵੱਲੋਂ, ਜੁਗਲ ਵੱਲੋਂ ਮਿਹਨਤ ਕਰਕੇ ਬਣਾਇਆ ਗਿਆ ਵਾ। ਪਰ ਇੱਕ ਗੱਲ ਰੋਸ਼ ਹੈ ਇਹਨਾਂ ਨੂੰ ਕਿ ਕਿਸੇ ਵੀ ਸਰਕਾਰ ਵੱਲੋਂ ਜਾਂ ਕਿਸੇ ਵੀ ਲੀਡਰ ਵੱਲੋਂ ਇਹਨਾਂ ਨੂੰ ਸਨਮਾਨ ਨਹੀਂ ਅਜੇ ਤੱਕ ਮਿਲਿਆ, ਸਨਮਾਨ ਨਹੀਂ ਮਿਲਿਆ ਇਹਨਾਂ ਨੂੰ। ਪਰਿਵਾਰ ਵੀ ਇਸ ਕਰਕੇ ਕਈ ਵਾਰੀ ਪਰਿਵਾਰ ਨੂੰ ਵੀ ਰੋਸ਼ ਆਉਂਦਾ ਵਾ ਕਿ ਹਾਂ ਜੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਕੁਛ ਨਹੀਂ ਇਹਨਾਂ ਨੂੰ ਹਾਸਲ ਹੋਈ ਉਪਲਬਧੀ। ਇਹ ਕੀ ਹੈ ਜੁਗਲ ਜੀ? ਇਹ ਜੇ ਸਾਡੇ ਲੋਕ ਸਭਾ ਦੇ ਸਪੀਕਰ, ਇਹ ਜੀ ਵੀ ਮਾਮਲਾਕਰ ਤੋਂ ਲੈ ਕੇ ਹੁਣ ਦੇ ਜਿਹੜੇ ਸਪੀਕਰ ਓਮ ਬਿਰਲਾ ਜੀ, ਉਹਨਾਂ ਦੇ ਸਾਰੇ ਤਕਰੀਬਨ ਜਿੰਨੇ ਵੀ ਸਪੀਕਰ ਹੋਏ ਨੇ ਉਹਨਾਂ ਦਾ ਸਾਰਾ ਦਾ ਵਿਓਰਾ ਜੇ, ਉਹਨਾਂ ਦਾ ਟਾਈਮ ਉਹਨਾਂ ਦਾ ਕਿੰਨੇ ਉਹਨਾਂ ਨੇ ਰਾਜ ਕੀਤਾ ਹੈ, ਕਿੰਨੇ ਤੋਂ ਕਿੰਨੇ ਸਪੀਕਰ ਨੇ ਉਹਨਾਂ ਦੀ ਫੋਟੋਆਂ। ਬਿਲਕੁਲ ਜੀ, ਮੈਂ ਇੱਕ ਵਾਰੀ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ, ਵੇਸਟ ਮਟੀਰੀਅਲ ਤੋਂ ਬਣਾਏ ਗਏ ਸਿੰਘਾਸਨ ਬਣਾਏ ਗਏ ਨੇ, ਦੇਖੋ ਛੋਟੇ ਛੋਟੇ ਇੱਕ ਸੋਫਾ ਬਣਾਇਆ ਗਿਆ ਇੱਕ ਉਹਨਾਂ ਕੋਲ, ਜਿਹੜਾ ਵੇਸਟ ਮਟੀਰੀਅਲ ਆ, ਫੋਨ ਬਣਾਇਆ ਇੱਕ ਛੋਟਾ ਜਿਹਾ, ਇੱਕ ਛੋਟਾ ਫੋਨ, ਕਿਉਂਕਿ ਇਹ ਜਨੂੰਨ ਤੋਂ ਬਗੈਰ ਅਜਿਹੇ ਕੰਮ ਨਹੀਂ ਹੋ ਸਕਦੇ, ਕਿਉਂਕਿ ਜਨੂੰਨ ਹੋਏਗਾ ਬੰਦੇ ਜਿਹਦੇ ਅਜਿਹੇ ਕੰਮ ਹੋ ਸਕਦੇ ਨੇ, ਅਦਰਵਾਈਜ਼ ਨਹੀਂ ਹੋ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਜਨੂੰਨ ਹੈ ਇੱਕ ਉਪਲਬਧੀ ਹਾਸਲ ਕਰਨ ਦੀ। ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਰਕਾਰ ਵੱਲੋਂ ਇਹਨਾਂ ਨੂੰ ਇਹਨਾਂ ਦਾ ਬੰਦਾ ਸਨਮਾਨ ਨਹੀਂ ਮਿਲਿਆ। ਅਸੀਂ ਵੀ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਜੋ
जुगल जी नूं बंदा उन्हां दा सन्मान मिल सके। गलबत करदे इन्हां दे घरदिआं दे नाल, इन्हां दे बीवी दे नाल, क्योंकि एक औरत दा एक बड़ा वड्डा अहम रोल हुंदा इस जीवन दे विच। जदों बंदे दा विआह हो जांदा, एक औरत दा बीवी दा सब तों वड्डा रोल हुंदा, क्योंकि ओह बीवी ही उसनूं कह सकदी है इस काम नूं छड्ड दो जां कर दो। फिर वह बंदे नूं मननी भी पैंदी है, मननी भी पैंदी, क्योंकि होम मिनिस्ट्री अगे उन्होंने दस्सिया कि होम मिनिस्टर होंदे ने घर दे, उन्हां दी मननी भी पैंदी है। गलबत करदे आ जुगल होरां दे बीवी नाल, की किस तरह तुसी आ सारियां बुकां वेखदे हो, तुहाडे लई किते बेकार ते नहीं? नहीं जी, बेकार ते नहीं जी, उन्हां ने इन्नी मेहनत कीती है, बेकार लई थोड़ा कीती है। वेस्टिंग समान तो बनांदे जी, कोई बेकार नहीं हैगियां। क्योंकि बेकार मैं इस करके कह रहा हाँ कि तुहाडे वेखो 33 साल लगातार हो गए ने उन्हां नूं इन्ना मेहनत करदे आ, पर अजे तक मेहनत का कोई फल नहीं मिलिया। तो जो फल नहीं मिलता, बंदा सोचता दो चार साल, पाँच अज की नौजवान पीढ़ी दो चार साल देखती है, नहीं मिले छोड़ो यार स्यापा की है। पर जिस तरह 30-35 साल तो लगातार लगे ने, अजे भी लगे ने, तो इन्हों कोई इन्हों का सम्मान नहीं हो मिले, बंदा किस तरह वेखते हैं? बस जी, उन्होंने मन में सुकून मिलता पाया जी, कि मैं मतलब कि बनाना पाया। कभी ना कभी कहते सबर का फल मिठा होंगे जी, कभी ना कभी तो इन्हें मिलेगा इन्हें फल इस गल का। ਤੁਹਾਡੇ ਲਈ ਕੋਈ ਉਹਨਾਂ ਨੇ ਕੋਈ ਸਪੈਸ਼ਲ ਕੋਈ ਇੱਕ ਤੁਹਾਨੂੰ ਕੋਈ, ਕਿਉਂਕਿ ਇੰਨਾ ਵਧੀਆ ਇਹਨਾਂ ਨੇ ਜੇ ਲੀਡਰਾਂ ਵਾਸਤੇ ਕੀਤਾ, ਤਾਂ ਇੱਕ ਘਰ ਦੇ ਜਿਹੜੇ ਹੁੰਦੇ ਨੇ ਮੁਖੀ, ਉਹ ਵੀ ਲੀਡਰ ਤੋਂ ਘੱਟ ਨਹੀਂ ਹੁੰਦੇ, ਕਿਉਂਕਿ ਘਰ ਉਹਨਾਂ ਨੇ ਚਲਾਉਣਾ ਹੁੰਦਾ। ਤੁਹਾਡੇ ਵਾਸਤੇ ਕੋਈ ਸਪੈਸ਼ਲ ਕੋਈ ਚੀਜ਼ ਬਣਾਈ ਹੈ? ਨਹੀਂ, ਸਪੈਸ਼ਲ ਤਾਂ ਕੋਈ ਨਹੀਂ ਬਣਾਈ, ਬਸ ਉਹਨਾਂ ਨੇ ਇੱਕ ਬੀਬੀ ਚਰੀਸਾ ਲਿਖਿਆ ਜੇ, ਉਹ ਮੈਂ ਤੁਹਾਨੂੰ ਦੱਸਾਂਗੀ ਜੀ। ਇਹਦੇ ਵਿੱਚ ਕੀ ਲਿਖਿਆ ਵਾ? ਦੇਖੋ ਜੀ, ਮੈਂ ਤਾਂ ਪਤਾ ਨਹੀਂ ਇਹਨਾਂ ਨੇ ਕੀ ਲਿਖਿਆ, ਲਿਖਿਆ ਬਹੁਤ ਸੋਹਣਾ ਜੀ, ਜੋ ਕੁਛ ਵੀ ਲਿਖਿਆ ਜੀ ਇਹਨਾਂ ਨੇ। ਵੈਸੇ ਇਹ ਤੁਸੀਂ ਖੁਦ ਵੀ ਪੜ੍ਹ ਸਕਦੇ ਹੋ। ਨਹੀਂ ਜੀ, ਪੜ੍ਹੇ ਨਹੀਂ ਜਾਣਾ, ਜਿੰਨਾ ਕੁ ਬਰੀਕ ਉਹਨਾਂ ਨੇ ਜੁਗਲ ਹੋਣਾ ਲਿਖਤਾ, ਪੜ੍ਹੇ ਨਹੀਂ ਜਾਣਾ। ਜੁਗਲ ਜੀ ਗੱਲ ਪੁੱਛੋ ਤੁਸੀਂ, ਉਹਨਾਂ ਨੇ ਆਪੇ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਜੀ ਸਾਰਾ। ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਸਨਮਾਨ ਨਹੀਂ ਮਿਲਿਆ, ਕੀ ਅਪੀਲ ਕਰਦੇ ਹੋ ਸਰਕਾਰਾਂ ਨੂੰ? ਬਸ ਜੀ, ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਇਹਨਾਂ ਨੂੰ ਸਰਕਾਰ ਦੇ ਦਿਓ, ਇਹ ਕਿ ਇਹਨਾਂ ਨੂੰ ਕੰਮ 'ਚ ਕੰਮ ਵੀ ਮਤਲਬ ਕਿ ਉਤਸਾਹ ਬਣਾਉਣ ਇਹਨਾਂ ਦਾ, ਕਿ ਅੱਗੇ ਵੀ ਇਹ ਬਣਾ ਸਕਣ ਇਹੋ ਜਿਹੀ ਚੀਜ਼ਾਂ। ਕਿਉਂਕਿ ਅੱਜ ਕੱਲ੍ਹ ਲੋਕ ਨਸ਼ਿਆਂ ਵੱਲ ਜਾਂਦੇ ਨੇ, ਇਹਨਾਂ ਦਾ ਧਿਆਨ ਇਸ ਕੰਮ ਵੱਲ ਹੈ। ਅੱਜ ਦੇ ਕਾਂਗੇ ਵੱਧ ਤੋਂ ਵੱਧ ਲੋਕ ਇਸ ਗੱਲ ਨੂੰ ਸ਼ੇਅਰ ਕਰਨ ਅਤੇ ਇਹੀ ਕਰਨ ਕਿ ਇਹਨਾਂ ਨੂੰ ਸਮਾਨ ਦਵਾਉਣ ਦੀ ਕੋਸ਼ਿਸ਼ ਕਰਨ। ਬਿਲਕੁਲ ਜੀ, ਜਿਸ ਤਰ੍ਹਾਂ ਮੰਨ ਲਓ ਹੁਣ ਇਹਨਾਂ ਨੂੰ ਜੇ ਮਿਲੇਗਾ ਲੋਕ, ਹੋਰ ਨੌਜਵਾਨਾਂ ਵੱਲ ਵੇਖ ਕੇ ਉਤਸ਼ਾਹ ਵਧੇਗਾ ਇਹਨਾਂ ਵੱਲ ਦੇਖ ਕੇ। ਹੁਣ ਜਿਸ ਤਰ੍ਹਾਂ ਆਪਣੇ ਘਰ ਤੋਂ ਲੈ ਲਈਏ, ਤੁਹਾਡੇ ਦੋ ਬੇਟੇ ਨੇ, ਉਹਨਾਂ 'ਚ ਵੀ ਥੋੜ੍ਹਾ ਜਿਹਾ ਉਤਸ਼ਾਹ ਵਧੇਗਾ, ਚਲੋ ਸਾਡੇ ਪਾਪਾ ਨੂੰ ਮਿਲਿਆ ਸਨਮਾਨ ਅਤੇ ਅਸੀਂ ਵੀ ਕਰੀਏ ਕੋਈ ਅਜਿਹਾ ਕੰਮ ਕਿ ਸਾਨੂੰ ਵੀ ਕੋਈ ਮਿਲ ਸਕੇ। ਹਾਂਜੀ, ਇਹ ਤਾਂ ਬਿਲਕੁਲ ਗੱਲ ਸਹੀ ਜੀ, ਕਿ ਬੱਚੇ ਬਿਲਕੁਲ ਨਾਲ ਪਾਪਾ ਦੇ ਅਟੈਚ ਨੇ, ਉਹ ਬਿਲਕੁਲ ਨਾਲ ਸਾਥ ਦਿੰਦੇ ਨੇ, ਵੱਧ ਤੋਂ ਵੱਧ ਟਾਈਮ ਕੱਢਦੇ ਨੇ, ਦਿੰਦੇ ਨੇ ਟਾਈਮ ਇਹਨਾਂ ਨੂੰ। ਬਿਲਕੁਲ ਜੀ, ਅਪੀਲ ਕਰਦੇ ਨੇ ਉਹਨਾਂ ਦੇ ਘਰ ਦੇ ਵੀ, ਅਸੀਂ ਵੀ ਆਪਣੇ ਮਾਧਿਅਮ ਰਾਹੀਂ ਅਪੀਲ ਕਰਦੇ ਹਾਂ ਚੈਨਲ ਮਾਧਿਅਮ, ਕਿ ਵਾਕਿਆ ਹੀ ਜੁਗਲ ਜੀ ਨੂੰ ਜਿਹੜਾ ਉਹਨਾਂ ਦਾ 30-35 ਸਾਲ ਦੀ ਮਿਹਨਤ ਆ, ਉਹ ਮਿਹਨਤ ਦਾ ਰੰਗ ਫਲ ਜ਼ਰੂਰ ਮਿਲਣਾ ਚਾਹੀਦਾ ਵਾ, ਕਿਉਂਕਿ ਉਹਨਾਂ ਨੇ ਲਗਾਤਾਰ 30-35 ਸਾਲ ਤੋਂ ਮਿਹਨਤ ਕਰ ਰਹੇ ਨੇ। ਇੱਕ ਤਾਂ ਉਹਨਾਂ ਨੂੰ ਅਜੇ ਤੱਕ ਕਿਸੇ ਵੀ ਸਰਕਾਰ ਵੱਲੋਂ, ਜਾਂ ਸੂਬਾ ਸਰਕਾਰ ਦੀ ਗੱਲ ਕਰ ਲਈਏ ਜਾਂ ਸੈਂਟਰ ਸਰਕਾਰ ਦੀ ਗੱਲ ਕਰ ਲਈਏ, ਅਤੇ ਜਾਂ ਫਿਰ ਲੋਕਲ ਲੈਵਲ ਦੇ ਕਿਸੇ ਵੀ ਲੀਡਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਦੀ ਗੱਲ ਕਰ ਲਈਏ, ਕਿਸੇ ਵੱਲੋਂ ਵੀ ਕੋਈ ਵੀ ਬੰਦਾ ਸਨਮਾਨ ਨਹੀਂ ਮਿਲਿਆ। ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਜੁਗਲ ਜੀ ਨੂੰ ਇਹਨਾਂ ਦਾ ਬੰਦਾ ਸਨਮਾਨ ਮਿਲ ਸਕੇ। ਕੈਮਰਾ ਪਰਸਨ ਜਸਵਿੰਦਰ ਬੇਦੀ ਦਾ, ਜਤਿੰਦਰ ਗੁੰਡਲ, ਸਾਂਝਾ ਟੀਵੀ, ਗੁਰਦਾਸਪੁਰ।